ਅੰਮ੍ਰਿਤਸਰ ਕੇ ਦਿਨ ਮੈਂ ਸ਼ਾਇਦ ਸੁਣਾਈ ਹੋਵੇ, ਇਹ ਪੜ੍ਹਨੀ ਹੋਵੇ ਪ੍ਰਸੰਗਲੀਆਂ ਤੇ ਗੁਰਮੁਖ ਸਿੱਖਿਆ ਪੜ੍ਹੋ। ਕਹਿੰਦੇ ਸਾਡਾ ਇੱਕ ਮਿੱਤਰ ਸੀ, ਬਚਪਨ ਚ ਅਸੀਂ ਪ੍ਰਾਇਮਰੀ ਸਕੂਲ ਚ ਇਕੱਠੇ ਪੜ੍ਹਦੇ ਸੀ, ਕਈ ਸਾਲ ਹੋ ਗਏ ਵਿਛੜ ਗਏ, ਉਹਦਾ ਰਸਤਾ ਵੱਖਰਾ ਸਾਡਾ ਵਸਤ ਵੱਖਰਾ। ਕਹਿੰਦੇ ਨੇ ਕੋਈ ਜਦੋਂ ਅਸੀਂ ਪ੍ਰੈਸ ਸੀ ਉਹਨਾਂ ਦੀ ਵਜ਼ੀਰ, ਕਹਿੰਦੇ ਪ੍ਰੈਸ ਚ ਕੰਮ ਕਰਦੇ ਸਾਂ, ਸੁਣਿਓ ਗੁਰਮੁਖੋਂ ਟੇਕੇ, ਤੇ ਸਾਨੂੰ ਇੱਕ ਸੱਜਣ ਆਇਆ, ਉਹ ਕਹਿੰਦਾ ਭਾਈ ਸਾਹਿਬ ਆਵਾਜ਼ ਦਿੱਤੀ ਵੀ ਤੁਹਾਨੂੰ ਫਲਾਣੇ ਬੰਦੇ ਨੂੰ ਜਾਣਦੇ ਹੋ। ਅੰਦਰ ਅਸੀਂ ਆਪਣੀ ਯਾਦ ਸ਼ਕਤੀ ਨੂੰ ਪਿੱਛੇ ਲਗਾਏ, ਉਹ ਕਹਿ ਤੂੰ ਯਾਦ ਕਰੋ। ਕਹਿੰਦੇ ਹਾਂ ਮੈਨੂੰ ਯਾਦ ਆ ਗਿਆ ਕਿ ਅਸੀਂ ਬਚਪਨ ਚ ਇਕੱਠੇ ਪੜ੍ਹਦੇ ਤੇ ਖੇਡਦੇ ਸਾਂ, ਹੁਣ ਕਦੀ ਮਿਲੇ ਨਹੀਂ। ਉਹ ਕਹਿੰਦਾ ਉਸ ਬਚਪਨ ਦੇ ਸਾਥੀ ਨੇ ਤੁਹਾਨੂੰ ਯਾਦ ਕੀਤਾ, ਉਹ ਅੱਜ ਬਿਮਾਰ ਹੈ, ਉਹਨੂੰ ਤੁਸੀਂ ਤੁਹਾਨੂੰ ਆਵਾਜ਼ਾਂ ਮਾਰਦਾ। ਯਾਦ ਰੱਖਿਓ ਜਦੋਂ ਬੰਦਾ ਮੌਤ ਦੇ ਨੇੜੇ ਹੁੰਦਾ ਆਪਣੇ ਬਚਪਨ ਦੇ ਸਾਥੀਆਂ ਨੂੰ ਆਵਾਜ਼ਾਂ ਮਾਰਦਾ। ਕਈ ਬਜ਼ੁਰਗ ਸਾਡੇ ਜੀ ਹਰਿਆਣੇ ਚ, ਉਹ ਮਰਦੇ ਨੇ ਤੇ ਉਹ ਮੁਸਲਮਾਨਾਂ ਨੂੰ ਆਵਾਜ਼ਾਂ ਮਾਰਦੇ ਨੇ, ਉਹ ਡੰਗਰ ਲੈ ਗਿਆ ਕਿ ਨਹੀਂ, ਘੋੜੀ ਖੋਲ ਲਿਆ ਕਿ ਨਹੀਂ, ਕਿਉਂਕਿ ਸਭ ਕੌਨਸ਼ੀਅਸ ਮਾਇੰਡ ਵਿੱਚ ਉਹ ਭਰਿਆ ਹੋਇਆ ਹੈ, ਉਹ ਨਿਕਲਦਾ। ਉਹ ਕਹਿੰਦਾ ਤੁਹਾਨੂੰ ਆਵਾਜ਼ਾਂ ਮਾਰਦਾ। ਭਾਈ ਸਾਹਿਬ ਨੇ ਕੰਮ ਸਮੇਟਿਆ ਚਲੇ ਗਏ, ਜਦੋਂ ਦੇ ਘਰ ਗਏ ਤੇ ਮੰਜੀ ਤੇ ਜਿਵੇਂ ਪਿੰਜਰ ਪਿਆ ਹੈ, ਉੱਤੇ ਕੱਪੜਾ ਲਪੇਟਿਆ। ਭਾਈ ਸਾਹਿਬ ਕੋਲ ਗਏ, ਚਿਹਰੇ ਤੋਂ ਕੱਪੜਾ ਹਟਾਇਆ ਤੇ ਬਿਲਕੁਲ ਪਿੰਜਰ, ਅੱਖਾਂ ਵਿੱਚ, ਗਲੇ ਚੋਂ ਆਵਾਜ਼ ਨਾ ਨਿਕਲੇ। ਭਾਈ ਸਾਹਿਬ ਨੂੰ ਵੇਖ ਕੇ ਉਹਦੀਆਂ ਅੱਖਾਂ ਚ ਪਾਣੀ ਆ ਗਿਆ, ਜਦੋਂ ਰੋਣ ਲੱਗਾ ਉਹਨਾਂ ਨੇ ਬਾਂਹ ਪਕੜ ਕੇ ਸਹਾਣੇ ਬੈਠ ਗਏ, ਕੰਨ ਉਹਦੇ ਮੂੰਹ ਨਾਲ ਲਾਇਆ, ਉਹਦੇ ਸ਼ਬਦ ਨਿਕਲੇ ਸਨ ਕਿ ਤੁਸੀਂ ਅਰਦਾਸ ਕਰੋ ਮੈਨੂੰ ਮੌਤ ਆ ਜਾਏ, ਮੈਂ ਪਿੰਜਰ ਚ ਫਸਿਆ ਵਾਂ। ਭਾਈ ਸਾਹਿਬ ਦਾ ਹਿਰਦਾ ਦਰਬ ਗਿਆ। ਇਹਨਾਂ ਸ਼ਬਦ ਪਤਾ ਕੀ ਕਹਿ, ਪਹਿਲਾ ਸ਼ਬਦ ਸੀ ਤੂੰ ਉਧਰ ਨਾ, ਉਧਰ ਕਹਿੰਦਾ ਮੈਂ ਉਧਰ ਗਿਆ, ਤੂੰ ਉਧਰ ਨਾ ਮਯੂਸ ਨਾ ਹੋ, ਆ ਸ਼ਬਦ ਸੁਣਿਓ। ਕਹਿਣ ਲੱਗੇ ਮੇਰਾ ਗੁਰੂ ਨਾਨਕ ਸਾਈ ਹੈ, ਮੇਰਾ ਗੁਰੂ ਨਾਨਕ ਕਸਾਈ ਨਹੀਂ। ਬੜੇ ਸੋਹਣੇ ਸ਼ਬਦ, ਸਾਈ ਹੈ ਕਸਾਈ ਨਹੀਂ, ਸ਼ਬਦ ਸਾਈ ਤੋਂ ਇੱਕ ਕਸਾਈ ਬਣ ਗਿਆ, ਉਹ ਸਾਈ ਹੈ ਉਹ ਕਸਾਈ ਨਹੀਂ। ਇਹ ਕੰਮ ਕਰ ਮੇਰੇ ਨਾਲ ਬੋਲ ਧੰਨ ਗੁਰੂ ਨਾਨਕ ਸਾਹਿਬ ਜੀ। ਉਹਦਾ ਗਲਾ ਚੱਲ ਪਿਆ, ਕਹਿੰਦਾ ਧੰਨ ਗੁਰੂ ਨਾਨਕ ਸਾਹਿਬ ਜੀ। ਸ਼ਬਦ ਕਹਿੰਦੇ ਬੋਲ ਧੰਨ ਗੁਰੂ ਰਾਮਦਾਸ ਜੀ। ਥੋੜਾ ਚੱਲਿਆ, ਕਹਿਣ ਲੱਗੇ ਹੁਣ ਬੋਲ ਵਾਹਿਗੁਰੂ, ਉਹ ਬੋਲਦਾ ਵਾਹਿਗੁਰੂ, ਗੁਰੂ ਸ਼ਬਦ ਛਾਤੀ ਚੜ ਜਾਏ, ਬੋਲ ਵਾਹਿਗੁਰੂ, ਉਹ ਬੋਲਣ ਲੱਗ ਪਿਆ ਵਾਹਿਗੁਰੂ ਵਾਹਿਗੁਰੂ। ਭਾਈ ਸਾਹਿਬ ਕਿੰਨਾ ਸਮਾਂ ਬੈਠੇ ਰਹੇ, ਕੋਈ ਗੱਲ ਬਚਪਨ ਦੀ ਨਹੀਂ ਕੀਤੀ, ਆਪਾਂ ਪੜ੍ਹਦੇ ਸਾਂ ਆ ਸੀ। ਕਹਿਣ ਲੱਗੇ ਵੇਲੇ ਇਹਦੀ ਸੁਰਤ ਨੂੰ ਪਿਛਾ ਨਾ ਲਿਜਾਓ, ਇਹਨੂੰ ਅੱਗੇ ਖਿੱਚੋ। ਕਹਿਣ ਲੱਗੇ ਬੋਲ ਵਾਹਿਗੁਰੂ, ਉਹ ਵਾਹਿਗੁਰੂ ਬੋਲੀ ਜਾਏ। ਜਦੋਂ ਆਹਿਸਤਾ ਆਹਿਸਤਾ ਗਲੇ ਚੋਂ ਚੱਲ ਪਿਆ ਵਾਹਿਗੁਰੂ ਵਾਹਿਗੁਰੂ, ਤੇ ਸ਼ੋਹ ਵੀ ਗੁਰਮੁਖ ਦੀ ਸੀ ਨਾ, ਜਪਾਨ ਵਾਲਾ ਫਿਰ ਕਮਾਈ ਵਾਲਾ ਸੀ, ਉਹਨੇ ਕਿਹਾ ਬੋਲ ਵਾਹਿਗੁਰੂ। ਜਦੋਂ ਬੋਲਣ ਲੱਗ ਪਿਆ, ਕੁਛ ਸਮਾਂ ਬੁਲਾ ਕੇ ਘਰਦਿਆਂ ਨੂੰ ਕਹਿੰਦੇ ਇੱਕ ਕੰਮ ਕਰਿਓ, ਇਹਦੇ ਕੋਲ ਜਿੰਨੇ ਬਹਿਣਾ ਕੋਈ ਗੱਲ ਨਹੀਂ ਕਰਨੀ, ਸਿਰਫ ਵਾਹਿਗੁਰੂ ਬੋਲੋ, ਬੋਲੋ ਵਾਹਿਗੁਰੂ। ਭਾਈ ਸਾਹਿਬ ਕਹਿ ਕੇ ਚਲੇ ਗਏ। ਉਸ ਰਾਤ ਸੁਪਨਾ ਆਇਆ ਜੀ, ਦਿਨੇ ਮਿਲੇ, ਸੁਪਨਾ ਆਇਆ, ਸੁਪਨੇ ਚੋਂ ਸੱਜਣ ਮਿਲਦਾ ਹੈ, ਤੇ ਭਾਈ ਸਾਹਿਬ ਨੂੰ ਲਾਚੀ ਬੇਰ ਨੀ ਜਿਹੜੀ, ਤੇ ਬੇਰੀਆਂ ਤਿੰਨ ਨੇ ਨਾ, ਬਾਬਾ ਬੁੱਢਾ ਸਾਹਿਬ ਦੀ ਬੇਰ, ਦੁੱਖ ਭੰਜਨੀ ਬੇਰੀ ਤੇ ਲਾਚੀ ਬੇਰ। ਇਹ ਲਾਚੀ ਬੇਰ ਮੈਨੂੰ ਕਿਤੇ ਸੱਜਣ ਨੇ ਪੁੱਛਿਆ ਵੀ ਇਹਨੂੰ ਲਾਚੀਆਂ ਲੱਗਦੀਆਂ ਨੇ, ਮੈਂ ਲਾਚੀਆਂ ਨੀ, ਤੇ ਬੇਰ ਰਹਿੰਦੇ ਆਕਾਰ ਇਲਾਚੀਆਂ ਵਰਗਾ, ਤਾਂ ਸਾਡੇ ਬਜ਼ੁਰਗਾਂ ਨੇ ਨਾਮ ਰੱਖ ਦਿੱਤਾ ਇਲਾਚੀ ਬੇਰ। ਉਹ ਨਿੱਕੇ ਲੱਗਦੇ ਆ ਨਾ ਬੇਰ, ਨਿੱਕੇ ਨਿੱਕੇ, ਜਿਵੇਂ ਇਲਾਚੀ ਨੀ ਹੁੰਦੀ ਇਲਾਚੀ, ਇਸ ਕਰਕੇ ਉਹਨੂੰ ਇਲਾਚੀ ਬੇਰ ਕਹਿੰਦੇ। ਆਪਾਂ ਲਾਚੀ ਬੇਰ ਸਿੱਧਾ ਜਿਹਾ ਸ਼ਬਦ ਵਰਤਨੇ, ਇਲਾਚੀ ਨੀ ਕਹਿੰਦੇ। ਸੁਪਨੇ ਚ ਭਾਈ ਸਾਹਿਬ ਕਹਿੰਦੇ ਮੈਨੂੰ ਇਲਾਚੀ ਬੇਰ ਕੋਲ ਬੈਠਾ ਮਿਲ ਗਿਆ ਕੋਈ ਬੰਦਾ, ਤੇ ਕਹਿੰਦਾ ਭਾਈ ਸਾਹਿਬ ਤੁਹਾਡਾ ਸ਼ੁਕਰਾਨਾ, ਮੈਨੂੰ ਗੁਰੂ ਰਾਮਦਾਸ ਨੇ ਆਪਣੇ ਕੋਲ ਬੁਲਾ ਲਿਆ। ਭਾਈ ਸਾਹਿਬ ਉੱਠੇ, ਉਹਨਾਂ ਨੇ ਟਾਈਮ ਲਿਖਿਆ ਡਾਇਰੀ ਤੇ ਜੀ, 1:13 ਹੋਏ ਸਨ, ਇਸ਼ਨਾਨ ਕੀਤਾ, ਭਾਈ ਸਾਹਿਬ ਗੁਲਦਸਤਾ ਲੈ ਕੇ ਆਏ ਛੇਤੀ ਨਾਲ। ਜਦੋਂ ਨੇਮ ਤੋਂ ਬਾਅਦ ਵਾਪਸ ਗਏ, ਨੌਕਰ ਨੂੰ ਕਹਿੰਦੇ ਆ ਜਾ ਜਿਹਦੇ ਘਰ ਗਏ ਸਾਂ ਉਹਦਾ ਪਤਾ ਤੇ ਕਰਕੇ ਆ। ਜਦੋਂ ਗਏ ਤੇ ਪਰਿਵਾਰ ਕਹਿੰਦਾ ਰਾਤ 1:15 ਦੇ ਪ੍ਰਾਣ ਨਿਕਲ ਗਏ ਸਨ। ਮੈਂ ਸਿਰਫ ਤੁਹਾਨੂੰ ਇੱਕ ਬੇਨਤੀ ਕਰਾਂਗਾ ਕਿ ਸਤਿਗੁਰੂ ਪਿਆਰਾ ਮੇਰੇ ਨਾਲ ਕੇਵਲ ਗੀਤ ਨਹੀਂ, ਮੇਰੇ ਤੁਹਾਡੇ ਨਾਲ ਮੌਤ ਵਾਪਰਨੀ ਹੈ, ਪਰ ਸੱਚ ਇਹ ਵੀ ਗੁਰੂ ਨਾਨਕ ਸਾਡਾ ਗਵਾਹ ਬਣੇਗਾ।
ਮੈਂ ਤੇ ਇੱਕੋ ਗੱਲ ਕਹਿੰਦੇ ਹਾਂ, ਤੂੰ ਸਾਡੇ ਨਾਲ ਨਾ ਵੇਖੀ, ਸਿਰਫ ਤੂੰ ਆਪਣੇ ਨਾਲ ਵੇਖੀ। ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਇਹਦੇ ਅਰਥ ਕੀ ਨੇ? ਖਸਮਾਨਾ ਕਰ ਪਿਆਰੇ ਦਾ ਅਰਥ ਹੈ ਤੂੰ ਇਹ ਨਾ ਦੇਖ ਮੈਂ ਕਿੰਨਾ ਪਾਪੀ ਹਾਂ, ਬਸ ਤੂੰ ਇਹ ਦੇਖੀ ਕਿ ਤੂੰ ਮੇਰਾ ਖਸਮ।